ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟੈਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਅੱਜ ਪੂਰਾ ਦਿਨ ਪੰਜਾਬ ਦੇ ਵਿੱਚ ਖਾਸੀ ਗਰਮੀ ਰਹੀ ਹੈ ਸਵੇਰ ਤੋਂ ਲੈ ਕੇ ਆਥਣ ਤੱਕ, ਅਤੇ ਮੌਸਮ ਵਿਭਾਗ ਦੇ ਵੱਲੋਂ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਆਉਂਦੇ 24 ਘੰਟਿਆਂ ਦੇ ਵਿੱਚ ਵੀ ਪੰਜਾਬ ਦਾ ਮੌਸਮ ਗਰਮ ਅਤੇ ਖੁਸ਼ ਇਸੇ ਤਰੀਕੇ ਦੇ ਨਾਲ ਰਹਿਣਾ। ਅਤੇ ਜੇਕਰ ਹੁਣ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਹਾਂ ਤਾਂ ਉਹ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਜੁੜੀ ਹੋਈ ਹੈ। ਜਦੋਂ ਹੜ੍ਹ ਆਏ, ਪੂਰੀ ਦੁਨੀਆ ਦੇ ਵਿੱਚੋਂ ਪੰਜਾਬੀਆਂ ਨੇ ਹੱਥ ਅੱਗੇ ਵਧਾਏ ਮਦਦ ਦੇ ਵਾਸਤੇ। ਖਾਲਸਾ ਏਡ ਜਿਸ ਤਰੀਕੇ ਦੇ ਨਾਲ ਮਦਦ ਕਰਨ ਦੇ ਲਈ ਮੈਦਾਨ ਦੇ ਵਿੱਚ ਆਈ, ਅਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪੀੜਿਤ ਲੋਕਾਂ ਨੂੰ, ਜਿਨ੍ਹਾਂ ਦੇ ਪਸ਼ੂ ਮਰ ਚੁੱਕੇ ਸੀ, ਉਹਨਾਂ ਨੂੰ ਇੱਕ ਇੱਕ ਮੱਝ ਵੀ ਲੈ ਕੇ ਦਿੱਤੀ, ਉਹ ਸਾਰਾ ਕੁਝ ਬਹੁਤ ਭਾਵੁਕ ਕਰਨ ਵਾਲਾ ਸੀ। ਆਪਾਂ ਜਾਣਦੇ ਹਾਂ ਕਿ ਕਿਸੇ ਦੀ ਅਸੀਂ ਮਦਦ ਕਰ ਸਕਦੇ ਹਾਂ ਕਿ ਆਹ ਲਓ 10,000, ਆਹ ਲਓ 5,000, ਪਰ ਜੇਕਰ ਜਿਹਦਾ ਪਸ਼ੂ ਮਰਿਆ ਉਹਨੂੰ ਬਦਲੇ ਦੇ ਵਿੱਚ ਪਸ਼ੂ ਹੀ ਲੈ ਕੇ ਦੇ ਦਿੱਤਾ ਜਾਵੇ ਤਾਂ ਇਹਦੇ ਵਰਗੀ ਰੀਸ ਕੋਈ ਨਹੀਂ। ਅਤੇ ਅੱਜ ਅਸੀਂ ਖਾਲਸਾ ਏਡ ਦੇ ਏਸ਼ੀਆ ਦੇ ਇੰਚਾਰਜ ਅਮਰਪ੍ਰੀਤ ਸਿੰਘ ਨਾਲ ਗੱਲ ਕੀਤੀ। ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਇਹ ਮਹਿਸੂਸ ਕੀਤਾ ਕਿ ਜਿਹੜੇ ਟੱਬਰ ਦੇ ਵਿੱਚੋਂ ਜੋ ਚਲਾ ਗਿਆ ਉਹੀ ਲੈ ਕੇ ਦੇਗੇ। ਉਹਨਾਂ ਨੇ ਇਹ ਗੱਲ ਕਹੀ ਕਿ ਕਈ ਲੋਕਾਂ ਨੇ ਆਪਣੇ ਪਸ਼ੂਆਂ ਦੇ ਨਾਂ ਵੀ ਰੱਖੇ ਹੋਏ ਸੀ ਕਿ ਆਹ ਸਾਡੇ ਪਰਿਵਾਰ ਦੇ ਜੀ ਵਰਗਾ, ਇਹਨੂੰ ਵੀ ਅਸੀਂ ਧੀ ਪੁੱਤ ਦੇ ਨਾਂ ਦੇ ਉੱਤੇ ਬੁਲਾਉਣਾ। ਅਤੇ ਉਹ ਲੋਕ ਭੁੱਬਾਂ ਮਾਰ ਮਾਰ ਕੇ ਰੋਂਦੇ ਸੀ। ਇਸ ਕਰਕੇ ਸਾਡੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਕਿਉਂ ਨਾ ਖਾਲਸਾ ਏਡ ਦੇ ਵੱਲੋਂ ਅਸੀਂ ਇਹ ਉੱਦਮ ਕਰੀਏ ਕਿ ਮੱਝਾਂ ਲੈ ਕੇ ਦੇਈਏ, ਪਸ਼ੂ ਲੈ ਕੇ ਦੇਈਏ। ਉਹਨੇ ਕਿਹਾ ਜੀ ਕਿ ਅਸੀਂ 46 ਦੇ ਕਰੀਬ ਪਸ਼ੂ ਲੈ ਕੇ ਦਿੱਤੇ ਆ, ਹਾਲੇ ਕਈ ਹੋਰ ਥਾਵਾਂ ਦੇ ਉੱਤੇ ਅਸੀਂ ਸਰਵੇਖਣ ਕਰ ਰਹੇ ਹਾਂ ਕਿ ਕਿਹੜੇ ਲੋਕਾਂ ਨੂੰ ਸੱਚੀ ਮੁੱਚੀ ਪਸ਼ੂਆਂ ਦੀ ਲੋੜ ਆ, ਅਸੀਂ ਉਹਨਾਂ ਨੂੰ ਹੋਰ ਲੈ ਕੇ ਦੇਣ ਵਾਸਤੇ ਵਚਨਬੱਧ ਆ। ਇਹ ਹੋਈ ਇੱਕ ਸੰਸਥਾ ਦੀ ਗੱਲ, ਪਰ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਨੇ ਜਿੰਨੀ ਮਦਦ ਕੀਤੀ, ਜਿੰਨੀ ਪੰਜਾਬ ਦੀਆਂ ਯੂਥ ਕਲੱਬਾਂ ਨੇ, ਜਿੰਨੀਆਂ ਪੰਜਾਬ ਦੀਆਂ ਸਮਾਜਿਕ ਜਥੇਬੰਦੀਆਂ ਨੇ ਜਾਂ ਧਾਰਮਿਕ ਜਥੇਬੰਦੀਆਂ ਨੇ ਮਦਦ ਕੀਤੀ, ਇਹਦੇ ਬਾਬਤ ਆਪਾਂ ਸਾਰੇ ਸਾਰਾ ਕੁਝ ਜਾਣਦੇ ਹਾਂ। ਪੰਜਾਬੀਆਂ ਦੇ ਏਕੇ ਦਾ ਪ੍ਰਗਟਾਵਾ ਇਹਨਾਂ ਹੜ੍ਹਾਂ ਦੇ ਵਿੱਚ ਹੋਇਆ, ਪਰ ਰਾਜਨੀਤਿਕ ਲੋਕਾਂ ਨਾਲੋਂ ਹਰ ਵਿਅਕਤੀ ਨੇ ਵੱਧ ਮਦਦ ਕੀਤੀ ਹੈ। ਰਾਜਨੀਤਿਕ ਲੋਕਾਂ ਨੇ ਜਿੱਥੇ ਵੀ ਜਿੰਨਾ ਵੀ ਹੋ ਸਕਿਆ ਉਹ ਲਾਹਾ ਲੈਣ ਦੀ ਕੋਸ਼ਿਸ਼ ਕੀਤੀ। ਉਹ ਜਾਂਦੇ ਸੀ, ਬੰਨ੍ਹਾਂ ਦੇ ਉੱਤੇ ਗੇੜਾ ਮਾਰ ਕੇ ਵਾਪਸ ਪਰਤ ਆਉਂਦੇ ਸੀ, ਗੱਲ ਖਤਮ ਹੋ ਜਾਂਦੀ ਸੀ, ਬਿਆਨ ਦਿੰਦੇ ਸੀ ਇੱਕ ਦੂਜੇ ਦੇ ਖਿਲਾਫ਼। ਕਾਂਗਰਸੀ ਕਹਿੰਦੇ ਸੀ ਪਿਛਲੀ ਸਰਕਾਰ ਨੇ ਕੁਝ ਨਹੀਂ ਕੀਤਾ ਸੀ, ਇਸ ਕਰਕੇ ਹੜ੍ਹ ਆਉਂਦੇ ਆ। ਅਕਾਲੀ ਕਹਿੰਦੇ ਜੀ ਐਤਕੀ ਦੀ ਸਰਕਾਰ ਨੇ ਬੰਨ੍ਹ ਨਹੀਂ ਮਜ਼ਬੂਤ ਕੀਤੇ, ਇਸ ਕਰਕੇ ਹੜ੍ਹ ਆਏ ਆ। ਭਾਖੜਾ ਦੇ ਰਾਹੀਂ ਇਹਨਾਂ ਦੇ ਵੱਲੋਂ ਸਾਜਿਸ਼ ਦੇ ਤਹਿਤ ਪੰਜਾਬ ਦੇ ਵਿੱਚ ਪਾਣੀ ਭਰਿਆ ਗਿਆ, ਪਰ ਹੁਣ ਜਦੋਂ ਪਾਣੀ ਲੱਥ ਗਿਆ ਪਿੰਡਾਂ ਦੇ ਵਿੱਚੋਂ ਤਾਂ ਵੀ ਉਹਨਾਂ ਪਿੰਡਾਂ ਦੇ ਵਿੱਚ ਬਰਬਾਦੀ ਦੇ ਨਿਸ਼ਾਨ ਆ ਜਿਹੜੇ ਉਹ ਜਾ ਕੇ ਦੇਖੇ ਜਾ ਸਕਦੇ ਆ। ਅਸੀਂ ਮੁੱਢ ਦੇ ਵਿੱਚ ਵੀ ਇਹ ਗੱਲ ਕਹਿੰਦੇ ਸੀ ਜਦੋਂ ਹੜ੍ਹ ਆਏ ਆਏ ਸੀ ਕਿ ਇਹਨਾਂ ਹੜ੍ਹਾਂ ਤੋਂ ਬਾਅਦ ਜਿਹੜੇ ਨਿਸ਼ਾਨ ਬਾਕੀ ਨੇ ਉਹ ਲੰਮਾ ਸਮਾਂ ਸਾਡੇ ਸਾਹਮਣੇ ਰਹਿਣੇ ਆ। ਅਸੀਂ ਵਕਤੀ ਤੌਰ ਦੇ ਉੱਤੇ ਮਦਦ ਕਰ ਰਹੇ ਹਾਂ, ਪਰ ਉਹਨਾਂ ਨੂੰ ਮਦਦ ਬਹੁਤ ਲੰਮਾ ਸਮਾਂ ਚਾਹੀਦੀ ਹੈ। ਜਿਨ੍ਹਾਂ ਲੋਕਾਂ ਦੀਆਂ ਫਸਲਾਂ ਮਰ ਗਈਆਂ, ਜਿਨ੍ਹਾਂ ਲੋਕਾਂ ਦੇ ਪਸ਼ੂ ਮਰ ਗਏ, ਜਿਨ੍ਹਾਂ ਲੋਕਾਂ ਦਾ ਕੱਖ ਵੀ ਨਹੀਂ ਬਚਿਆ, ਘਰਾਂ ਦੇ ਵਿੱਚ ਤਰੇੜਾਂ ਆ ਚੁੱਕੀਆਂ ਜਾਂ ਡਿੱਗ ਚੁੱਕੇ ਆ, ਉਹਨਾਂ ਲੋਕਾਂ ਦੇ ਵੱਲੋਂ ਇਹਨਾਂ ਹੜ੍ਹਾਂ ਦੀ ਭੀੜ ਨੂੰ ਕਿਵੇਂ ਭੁਲਾਇਆ ਜਾ ਸਕਦਾ, ਅੰਦਾਜ਼ਾ ਲਾਉਣਾ ਔਖਾ ਨਹੀਂ। ਜਦੋਂ ਪੰਜਾਬ ਦੀ ਸਰਕਾਰ, ਖਾਸ ਕਰਕੇ ਕੈਪਟਨ ਸਾਹਿਬ, ਇਹ ਗੱਲ ਕਹਿੰਦੇ ਹੋਣ ਕਿ 1600 ਕਰੋੜ ਰੁਪਏ ਦਾ ਨੁਕਸਾਨ ਇਹਨਾਂ ਹੜ੍ਹਾਂ ਦੇ ਕਰਕੇ ਹੋਇਆ, 1000 ਕਰੋੜ ਰੁਪਈਆ ਅਸੀਂ ਮੋਦੀ ਸਰਕਾਰ ਤੋਂ ਮੰਗਿਆ ਚਿੱਠੀ ਲੈ ਕੇ, ਹਾਲੇ ਮਿਲਿਆ ਨਹੀਂ, ਪਰ ਅਸੀਂ 100 ਕਰੋੜ ਰੁਪਈਏ ਦਾ ਐਲਾਨ ਕਰਦੇ ਹਾਂ ਪੰਜਾਬ ਦੇ ਇਹਨਾਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ। ਉਦੋਂ ਬੰਦਾ ਸੋਚਣ ਵਾਸਤੇ ਜ਼ਰੂਰ ਮਜਬੂਰ ਹੁੰਦਾ ਕਿ 1600 ਕਰੋੜ ਦਾ ਨੁਕਸਾਨ, 100 ਕਰੋੜ ਰੁਪਈਏ ਦਾ ਐਲਾਨ, ਅਤੇ ਲੋਕ ਜਾਣਗੇ ਕਿੱਥੇ? ਇਹ ਤਾਂ ਜੇਕਰ ਲੋਕ ਮਦਦ ਨਾ ਕਰਦੇ ਇਹਨਾਂ ਹੜ੍ਹਾਂ ਦੇ ਮੌਕੇ, ਇਸ ਵਿਪਤਾ ਦੇ ਮੌਕੇ ਪੰਜਾਬੀ ਅੱਗੇ ਨਾ ਆਉਂਦੇ ਤਾਂ ਫਿਰ ਲੋਕਾਂ ਦਾ ਕੀ ਬਣਨਾ ਸੀ ਜਿਹੜੇ ਡੁੱਬੇ ਹੋਏ ਆ, ਇਹਦਾ ਅੰਦਾਜ਼ਾ ਲਾਉਣਾ ਔਖਾ ਨਹੀਂ। ਪਰ ਹੁਣ ਕੇਂਦਰ ਦੀ ਟੀਮ ਪੰਜਾਬ ਦੇ ਵਿੱਚ ਆਈ, ਉਹਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਦੌਰਾ ਕਰਨ ਤੋਂ ਬਾਅਦ ਉਹ ਟੀਮ ਵਾਪਸ ਚੱਲੀ ਹੈ। ਉਸ ਟੀਮ ਨੂੰ ਪੰਜਾਬ ਦੀ ਟੀਮ ਨੇ ਗੱਲ ਕਹੀ ਆ ਕਿ 46,000 ਰੁਪਈਆ 1 ਏਕੜ ਦਾ ਕਿਸਾਨ ਨੂੰ ਮਿਲਣਾ ਚਾਹੀਦਾ, ਕਿਉਂਕਿ ਇਹ ਹੜ੍ਹ ਕਾਫੀ ਲੇਟ ਆਏ ਆ, ਉਦੋਂ ਤੱਕ ਫਸਲ ਜਵਾਨ ਹੋ ਚੁੱਕੀ ਸੀ, ਅਤੇ ਜੇਕਰ ਪਹਿਲਾਂ ਆਏ ਹੁੰਦੇ ਤਾਂ ਬੰਦਾ ਸ਼ਾਇਦ ਦੁਬਾਰਾ ਬੀਜ ਲੈਂਦਾ ਆਪਣੀ ਫਸਲ। ਪਰ ਹੁਣ ਉਸ ਮੁਕਾਮ ਦੇ ਉੱਤੇ ਹੜ੍ਹ ਆਏ ਜਦੋਂ ਫਸਲ ਦੁਬਾਰਾ ਬੀਜੀ ਨਹੀਂ ਸੀ ਜਾ ਸਕਦੀ, ਨਾ ਉੱਧਰ ਜੋਗੇ ਨਾ ਉੱਧਰ ਜੋਗੇ, ਇਸ ਕਰਕੇ ਸਭ ਕੁਝ ਜਦੋਂ ਤਬਾਹ ਹੋ ਗਿਆ ਤਾਂ 46,000 ਰੁਪਈਆ 1 ਏਕੜ ਦਾ ਮੁਆਵਜ਼ਾ ਕੇਂਦਰ ਦੀ ਸਰਕਾਰ ਦੇਵੇ। ਪਰ ਅੱਗੋਂ ਜੋ ਜਵਾਬ ਦਿੱਤਾ ਕੇਂਦਰ ਦੇ ਵੱਲੋਂ ਆਈ ਸਰਵੇਖਣ ਕਰਨ ਵਾਲੀ ਟੀਮ ਨੇ, ਉਹ ਕਈ ਕਿਸਮ ਦੇ ਸਵਾਲ ਖੜ੍ਹੇ ਕਰਦਾ। ਸ਼ਾਇਦ ਇਸ ਕਰਕੇ ਵੀ ਆ ਕਿਉਂਕਿ ਕੇਂਦਰ ਦੀ ਸਰਕਾਰ ਪੰਜਾਬ ਦੇ ਵਿੱਚ ਹਾਲੇ ਪੈਰ ਪੱਕੇ ਨਹੀਂ ਕਰ ਸਕੀ, ਯਾਨੀ ਕਿ ਇੱਧਰ ਪੰਜਾਬ ਦੀ ਭਾਜਪਾ ਇਕਾਈ ਆ ਜਿਹੜੀ ਉਹ ਉਸ ਰੌਂ ਦੇ ਵਿੱਚ, ਉਹ ਉਸ ਮੂਡ ਦੇ ਵਿੱਚ ਅਤੇ ਉਹ ਉਸ ਜਜ਼ਬੇ ਦੇ ਵਿੱਚ ਨਹੀਂ ਆ ਜਿੰਨੇ ਕਿ ਬਾਕੀ ਵੱਖ ਵੱਖ ਸੂਬਿਆਂ ਦੇ ਵਿੱਚ ਹੈ। ਸ਼ਾਇਦ ਲੋਕਾਂ ਦਾ ਇਹ ਕਹਿਣਾ ਵੀ ਸਾਨੂੰ ਪੰਜਾਬ ਵਾਸੀਆਂ ਨੂੰ ਭਾਰਤ ਤੋਂ ਵੱਖਰਾ ਸਮਝਿਆ ਜਾ ਰਿਹਾ, ਜੇਕਰ ਵੱਖ ਵੱਖ ਹੋਰ ਸੂਬਿਆਂ ਦੇ ਵਿੱਚ ਜਿਹੜੇ ਹੜ੍ਹ ਪ੍ਰਭਾਵਿਤ ਹੈ ਉੱਥੇ ਮਦਦ ਦਿਲ ਖੋਲ੍ਹ ਕੇ ਕੇਂਦਰ ਸਰਕਾਰ ਦੇ ਸਕਦੀ ਹੈ, ਤਾਂ ਪੰਜਾਬ ਦੇ ਨਾਂ ਦੇ ਉੱਤੇ ਪਤਾ ਨਹੀਂ ਕੀ ਸਮੱਸਿਆ ਆ ਜਾਂਦੀ ਹੈ, ਇੱਥੇ ਸਿਰਫ ਅਤੇ ਸਿਰਫ ਗੁਣਾ ਘਟਾਓ ਕੀਤੀ ਜਾਂਦੀ ਹੈ। ਪਹਿਲਾਂ ਇਸ ਰਿਪੋਰਟ ਦਾ ਅਸੀਂ ਵੇਰਵਾ ਸਾਂਝਾ ਕਰਦੇ ਹਾਂ ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ।
ਪੰਜਾਬ ਸਰਕਾਰ ਨੇ ਹੜ੍ਹਾਂ ਦਾ ਜਾਇਜ਼ਾ ਲੈਣ ਵਾਸਤੇ ਆਈ ਕੇਂਦਰੀ ਟੀਮ ਨੂੰ ਕਿਹਾ ਕਿ ਨੁਕਸਾਨ ਦੀ ਭਰਪਾਈ ਵਾਸਤੇ 1216 ਕਰੋੜ ਰੁਪਈਆ ਚਾਹੀਦਾ ਹੈ। ਦੂਜੇ ਪਾਸੇ ਕੇਂਦਰੀ ਟੀਮ ਨੇ ਕੋਈ ਹਾਮੀ ਨਾ ਭਰਦਿਆਂ ਕਿਹਾ ਕਿ ਇਸ ਬਾਰੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੀ ਗੱਲ ਕਰਨੀ ਪਵੇਗੀ। ਕੇਂਦਰੀ ਟੀਮ ਨੇ ਕਿਹਾ ਕਿ ਮੁਆਵਜ਼ਾ ਜਲਦ ਤੋਂ ਜਲਦ ਦਿੱਤਾ ਜਾਵੇਗਾ ਪਰ ਤੈਅ ਨਿਯਮਾਂ ਦੇ ਮੁਤਾਬਕ ਹੀ। ਦਰਅਸਲ ਪੰਜਾਬ ਸਰਕਾਰ ਨੇ ਕੇਂਦਰੀ ਟੀਮ ਦੇ ਕੋਲ ਮੰਗ ਚੁੱਕੀ ਸੀ ਕਿ ਜਿਨ੍ਹਾਂ ਕਿਸਾਨਾਂ ਦੀ ਪੂਰੀ ਫਸਲ ਬਰਬਾਦ ਹੋ ਗਈ ਹੈ ਉਹਨਾਂ ਨੂੰ ਪ੍ਰਤੀ ਏਕੜ 46,000 ਰੁਪਈਆ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਹੜ੍ਹ ਦੇਰੀ ਨਾਲ ਆਉਣ ਕਰਕੇ ਕਿਸਾਨ ਦੁਬਾਰਾ ਫਸਲ ਵੀ ਨਹੀਂ ਬੀਜ ਸਕੇ। ਇਸ ਤੋਂ ਇਲਾਵਾ ਖੇਤੀ ਲਾਗਤ ਵੀ ਕਾਫੀ ਵੱਧ ਹੈ। ਦੂਜੇ ਪਾਸੇ ਕੇਂਦਰੀ ਟੀਮ ਨੇ ਨਿਯਮਾਂ ਦਾ ਹਵਾਲਾ ਦਿੰਦਿਆਂ ਸਪਸ਼ਟ ਕੀਤਾ ਕਿ ਕਿਸਾਨਾਂ ਨੂੰ ਪ੍ਰਤੀ ਏਕੜ 12,000 ਰੁਪਈਆ ਮੁਆਵਜ਼ਾ ਦਿੱਤਾ ਜਾ ਸਕਦਾ ਹੈ। ਇਸ ਤੋਂ ਵੱਧ ਵਾਸਤੇ ਪ੍ਰਧਾਨ ਮੰਤਰੀ ਕੋਲ ਪਹੁੰਚ ਕਰਨੀ ਪਵੇਗੀ। ਕੇਂਦਰੀ ਟੀਮ ਨੇ ਸਪਸ਼ਟ ਕੀਤਾ ਕਿ ਜੇ ਪੰਜਾਬ ਸਰਕਾਰ ਨੇ ਨਿਯਮਾਂ ਤੋਂ ਵੱਧ ਮੁਆਵਜ਼ੇ ਦਾ ਪੈਕੇਜ ਲੈਣਾ ਤਾਂ ਉਸ ਬਾਰੇ ਕੇਂਦਰ ਨਾਲ ਵੱਖਰੇ ਤੌਰ ਦੇ ਉੱਤੇ ਮੰਗ ਕਰਨੀ ਪਵੇਗੀ। ਕੇਂਦਰੀ ਗ੍ਰਹਿ ਵਿਭਾਗ ਦੇ ਸੰਯੁਕਤ ਸਕੱਤਰ ਅਨੁਜ ਸ਼ਰਮਾ ਦੀ ਅਗਵਾਈ ਵਿੱਚ 7 ਮੈਂਬਰੀ ਕੇਂਦਰ ਦੀ ਟੀਮ ਨੇ ਪੰਜਾਬ ਦੇ ਵਿੱਚ ਹੋਏ ਹੜ੍ਹਾਂ ਨਾਲ ਨੁਕਸਾਨ ਦਾ ਜਾਇਜ਼ਾ ਲੈਣ ਦੇ ਲਈ ਦੌਰਾ ਕਰਨ ਤੋਂ ਪਹਿਲਾਂ ਮੋਹਾਲੀ ਦੇ ISB ਦੇ ਵਿੱਚ ਉੱਚ ਪੱਧਰੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਪੰਜਾਬ ਦੇ ਉੱਚ ਅਧਿਕਾਰੀਆਂ ਨੇ ਹੜ੍ਹਾਂ ਦੌਰਾਨ ਹੋਏ ਨੁਕਸਾਨ ਦੀ ਵਿਸਥਾਰ ਸਹਿਤ ਰਿਪੋਰਟ ਪੇਸ਼ ਕੀਤੀ। ਸਰਕਾਰੀ ਰਿਪੋਰਟ ਦੇ ਮੁਤਾਬਕ ਸਤਲੁਜ ਬਿਆਸ ਅਤੇ ਰਾਵੀ ਦਰਿਆਵਾਂ ਨਾਲ ਲੱਗਦੇ ਜ਼ਿਲ੍ਹਿਆਂ ਸ਼ਹੀਦ ਭਗਤ ਸਿੰਘ ਨਗਰ, ਰੂਪਨਗਰ, ਜਲੰਧਰ, ਕਪੂਰਥਲਾ, ਫਿਰੋਜ਼ਪੁਰ, ਲੁਧਿਆਣਾ, ਮੋਗਾ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਨੁਕਸਾਨ ਝੱਲਣਾ ਪਿਆ। ਕੇਂਦਰ ਦੀ ਟੀਮ ਨੂੰ ਦਿੱਤੇ ਗਏ ਮੰਗ ਪੱਤਰ ਦੇ ਵਿੱਚ ਪੰਜਾਬ ਦੇ ਵੱਲੋਂ ਜੋ ਅੰਦਾਜ਼ਾ ਨੁਕਸਾਨ ਦਾ ਦਰਸਾਇਆ ਗਿਆ ਉਸ ਮੁਤਾਬਕ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ 66 ਕਰੋੜ ਰੁਪਏ, ਬਿਜਲੀ ਵਿਭਾਗ ਦੇ ਵੱਲੋਂ 5 ਕਰੋੜ 37 ਲੱਖ ਰੁਪਏ, PWD ਦੇ ਵੱਲੋਂ 172 ਕਰੋੜ 83 ਲੱਖ ਰੁਪਏ, ਪੇਂਡੂ ਵਿਕਾਸ ਵਿਭਾਗ ਦੇ ਵੱਲੋਂ 38 ਕਰੋੜ 72 ਲੱਖ ਰੁਪਏ, ਵਿਕਾਸ ਵਿਭਾਗ ਦੇ ਵੱਲੋਂ 577 ਕਰੋੜ ਰੁਪਏ, ਸਿਹਤ ਵਿਭਾਗ ਦੇ ਵੱਲੋਂ 72 ਕਰੋੜ ਅਤੇ 64 ਲੱਖ ਰੁਪਏ ਅਤੇ ਇਸ ਤਰੀਕੇ ਦੇ ਨਾਲ ਹੀ ਨੁਕਸਾਨ ਦੀ ਰਿਪੋਰਟ ਪੇਸ਼ ਕੀਤੀ ਗਈ ਹੈ। ਫਸਲਾਂ ਦਾ 500 ਕਰੋੜ ਰੁਪਈਏ ਦਾ ਨੁਕਸਾਨ ਹੋਇਆ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਪੰਜਾਬ ਦੇ ਨਾਲ ਵਿਤਕਰਾ ਸ਼ੁਰੂ ਤੋਂ ਚੱਲ ਰਿਹਾ। ਪੰਜਾਬ ਦੇ ਨਾਲ ਵਿਤਕਰਾ ਕੋਈ ਨਵੀਂ ਗੱਲ ਨਹੀਂ, ਜਾਣਦੇ ਅਸੀਂ ਸਾਰੇ ਹੀ ਹਾਂ, ਪਰ ਇਸ ਗੱਲ ਦੇ ਉੱਤੇ ਅਮਲ ਕਈ ਵਾਰ ਘੱਟ ਕਰਦੇ ਹਾਂ, ਕਈ ਵਾਰ ਅਸੀਂ ਇਹ ਕਹਿ ਦਿੰਦੇ ਹਾਂ ਕਿ ਛੱਡੋ ਆਪਾਂ ਕੀ ਲੈਣਾ ਇਸ ਗੱਲ ਤੋਂ। ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹੜ੍ਹ ਆਏ ਅਤੇ ਜਿਵੇਂ ਕੇਂਦਰ ਦੀ ਟੀਮ ਆਈ, ਪਹਿਲੀ ਗੱਲ ਤਾਂ ਇਹ ਹੈ ਕਿ ਬਹੁਤ ਲੇਟ ਕੇਂਦਰ ਦੀ ਟੀਮ ਆਈ। ਚਾਹੀਦਾ ਤਾਂ ਇਹ ਸੀ ਕਿ ਜਦੋਂ ਹੜ੍ਹ ਆਏ ਸੀ ਉਦੋਂ ਮੌਕਾ ਦੇਖ ਕੇ ਜਾਂਦੀ ਟੀਮ ਕਿ ਪਾਣੀ ਕਿੱਥੋਂ ਤੱਕ ਪਹੁੰਚਿਆ ਹੋਇਆ, ਫਸਲਾਂ ਕਿਵੇਂ ਬਰਬਾਦ ਹੋਈਆਂ, ਪਸ਼ੂ ਕਿਵੇਂ ਮਰੇ ਆ, ਲੋਕ ਘਰਾਂ ਦੀਆਂ ਛੱਤਾਂ ਦੇ ਉੱਤੇ ਕਿਵੇਂ ਬੈਠੇ ਆ, ਕਿਉਂਕਿ ਪੰਜਾਬ ਵੀ ਤਾਂ ਭਾਰਤ ਦਾ ਇੱਕ ਹਿੱਸਾ। ਪੰਜਾਬ ਇਹ ਤਾਂ ਹੈ ਨਹੀਂ ਵੀ ਇੱਥੇ ਵੀ ਧਾਰਾ 370 ਲੱਗੀ ਸੀ ਅਤੇ ਇਹਨੂੰ ਹਟਾਤਾ ਅਤੇ ਇਹਦੇ ਵੱਖਰੇ ਅਧਿਕਾਰ ਖਤਮ ਕਰਤੇ ਆ। ਜੇਕਰ ਇੱਥੇ ਕੇਂਦਰ ਦੀ ਟੀਮ ਵੇਲੇ ਸਿਰ ਆਉਂਦੀ, ਮੰਨ ਲਓ 15-20 ਦਿਨ ਪਹਿਲਾਂ ਆ ਜਾਂਦੀ, ਤਾਂ ਅੱਜ ਉਹਨਾਂ ਨੂੰ ਸਹੀ ਸਥਿਤੀ ਸਪਸ਼ਟ ਹੋ ਜਾਂਦੀ। ਪਰ ਉਸ ਵਕਤ ਵੀ ਮੰਗ ਕੀਤੀ ਗਈ ਪਰ ਆਈ ਨਹੀਂ ਕੇਂਦਰ ਦੀ ਟੀਮ। ਪਹਿਲਾਂ ਤਾਂ ਇੱਦਾਂ ਜਾਪਣ ਲੱਗ ਪਿਆ ਸੀ ਕਿ ਪੰਜਾਬ ਨੂੰ ਬਿਲਕੁਲ ਹੀ ਦਰਕਿਨਾਰ ਕਰ ਦਿੱਤਾ ਗਿਆ, ਕਿਉਂਕਿ ਸ਼ੁਰੂ ਦੇ ਵਿੱਚ ਕੁਦਰਤੀ ਆਫਤ ਪੀੜਤ ਮਾਮਲੇ ਦੇ ਵਿੱਚ ਪੰਜਾਬ ਨੂੰ ਸ਼ਾਮਿਲ ਹੀ ਨਹੀਂ ਕੀਤਾ ਗਿਆ ਸੀ। ਉਸ ਤੋਂ ਬਾਅਦ ਚੌਂ ਪਾਸਿਓਂ ਦਬਾਅ ਪਿਆ, ਸ਼ਾਇਦ ਅਕਾਲੀ ਦਲ ਦਾ ਵਫਦ ਆ ਜਿਹੜਾ ਉਹਦੇ ਵੱਲੋਂ ਵੀ ਮੰਗ ਕੀਤੀ ਗਈ ਕਿ ਇੱਦਾਂ ਨਹੀਂ, ਇੱਦਾਂ ਚਾਹੀਦਾ। ਪਰ ਹੁਣ ਜਿਸ ਤਰੀਕੇ ਦੇ ਨਾਲ ਉੱਥੋਂ ਕੇਂਦਰ ਦੇ ਵੱਲੋਂ ਆਈ ਟੀਮ ਨੇ ਕਿਹਾ ਕਿ ਅਸੀਂ 12,000 ਰੁਪਈਆ ਪ੍ਰਤੀ ਏਕੜ ਦਿਵਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ, ਵਾਅਦਾ ਇਹ ਵੀ ਨਹੀਂ। ਅਤੇ ਹੁਣ ਸੋਚਣੀ ਗੱਲ ਇਹ ਬਣਦੀ ਹੈ ਕਿ ਕੀ 12,000 ਰੁਪਈਏ ਦੇ ਨਾਲ 1 ਏਕੜ ਫਸਲ ਬੀਜ ਕੇ, ਯਾਨੀ ਕਿ ਰੇਹਾਂ ਸਪਰੇਹਾਂ ਵੀ ਕਰਨੀਆਂ, ਤੁਸੀਂ ਬਿਜਾਈ ਵੀ ਕਰਨੀ ਆ, ਤੁਸੀਂ ਖੇਤ ਵਾਹੁਣਾ ਵੀ ਆ, ਫਸਲ ਨੂੰ ਪਾਲਣਾ ਵੀ ਆ ਅਤੇ ਪਾਣੀ ਵੀ ਦੇਣਾ ਮਤਲਬ। ਸੋ ਇਸ ਕਰਕੇ ਜਵਾਨ ਫਸਲ ਜਦੋਂ ਡੁੱਬ ਜਾਂਦੀ ਹੈ ਤਾਂ ਕੀ ਅਸੀਂ ਇਸ ਗੱਲ ਦੀ ਆਸ ਕਰ ਸਕਦੇ ਹਾਂ ਕਿ 12,000 ਰੁਪਈਏ ਦੇ ਨਾਲ 1 ਏਕੜ ਹੁਣ ਤੱਕ ਚੱਲਦਾ ਸੀ, ਜਦਕਿ ਮੰਗ ਜੋ ਕੀਤੀ ਗਈ ਆ ਪੰਜਾਬ ਦੀ ਸਰਕਾਰ ਦੇ ਵੱਲੋਂ ਕਿ 45,000 ਰੁਪਈਏ ਤੋਂ ਵੱਧ ਏਕੜ ਮਿਲਣਾ ਚਾਹੀਦਾ। ਹਾਲਾਂਕਿ ਪੰਜਾਬ ਦੀ ਕੀਤੀ ਹੋਈ ਮੰਗ ਨੂੰ ਵੀ ਹੂ ਬਹੂ ਮੰਨਣਾ ਕਿਸੇ ਨੇ ਨਹੀਂ, ਪਰ ਇਸ ਗੱਲ ਦੀ ਆਸ ਕਰਨੀ ਬਣਦੀ ਹੈ ਕਿ ਜੇਕਰ 45 ਮੰਗਿਆ ਸ਼ਾਇਦ 30 ਮਿਲ ਜਾਵੇ, 30 ਨਹੀਂ ਮਿਲਣਾ ਸ਼ਾਇਦ 25 ਮਿਲ ਜਾਵੇ। ਪਰ ਜਿਸ ਤਰੀਕੇ ਨਾਲ ਕਿਹਾ ਗਿਆ, ਇਉਂ ਲੱਗਦਾ ਕਿ 8 ਤੋਂ ਲੈ ਕੇ 10,000 ਰੁਪਈਆ ਪ੍ਰਤੀ ਏਕੜ ਬੜੀ ਮੁਸ਼ਕਲ ਨਾਲ ਮਿਲਣਾ, ਜੇਕਰ ਕਿਤੇ ਬਹੁਤੀ ਦਰਿਆਦਲੀ ਦਿਖਾਈ ਤਾਂ। ਹਾਲਾਂਕਿ ਇੰਨੀ ਦਰਿਆਦਲੀ ਪੰਜਾਬ ਦੇ ਹਿੱਸੇ ਦੇ ਵਿੱਚ ਆਈ ਨਹੀਂ ਕੇਂਦਰ ਦੇ ਵੱਲੋਂ ਪੇਸ਼ ਕੀਤੀ ਗਈ। ਸੋ ਇਸ ਗੱਲ ਦੇ ਉੱਤੇ ਦੁੱਖ ਵੀ ਹੁੰਦਾ, ਇਸ ਗੱਲ ਦੇ ਉੱਤੇ ਹੈਰਾਨੀ ਵੀ ਹੁੰਦੀ ਹੈ। ਕਦੇ ਕਦੇ ਤਾਂ ਮੈਂ ਇਹ ਸੋਚਦਾ ਕਿ ਜੋ ਕੁਝ ਸਾਡੀ ਸੂਬੇ ਦੀ ਅਤੇ ਕੇਂਦਰ ਦੀ ਸਰਕਾਰ ਨਹੀਂ ਕਰ ਸਕੀ ਹੜ੍ਹ ਪੀੜਤਾਂ ਦੇ ਬਾਬਤ, ਉਸ ਨਾਲੋਂ ਵੱਧ ਕੰਮ ਤਾਂ ਦੁਨੀਆ ਭਰ ਦੇ ਵਿੱਚ ਵਸਦੇ NRI ਭੈਣ ਭਰਾਵਾਂ ਨੇ ਕਰ ਦਿੱਤਾ, ਉਸ ਤੋਂ ਵੱਧ ਕੰਮ ਤਾਂ ਖਾਲਸਾ ਏਡ ਨੇ ਕਰ ਦਿਖਾਇਆ, ਉਸ ਤੋਂ ਵੱਧ ਕੰਮ ਤਾਂ ਪਿੰਡਾਂ ਦੇ ਲੋਕਾਂ ਨੇ ਆਪਣੇ ਜਜ਼ਬੇ ਨੂੰ ਪੇਸ਼ ਕਰਦਿਆਂ ਆਪਣੀ ਮਦਦ ਆ ਜਿਹੜੀ ਉਹ ਪਹੁੰਚਾ ਕੇ ਲੋੜਵੰਦਾਂ ਤੱਕ ਉਹਨਾਂ ਨੇ ਮਿਸਾਲ ਕਾਇਮ ਕਰ ਦਿੱਤੀ ਹੈ। ਸਾਡੀਆਂ ਸਰਕਾਰਾਂ ਐਤਕੀ ਫਾੜੀ ਸਾਬਤ ਹੋਈਆਂ, ਪਰ ਇਹਨਾਂ ਲੋਕਾਂ ਨੇ ਫਿਰ ਸਾਨੂੰ ਵੋਟਾਂ ਵਾਸਤੇ ਵਰਤ ਜਾਣਾ। ਮੈਂ ਇਹਨਾਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਕਿ ਗੈਰਤ ਨੂੰ ਜਿਉਂਦੀ ਰੱਖਿਓ, ਕਿਉਂਕਿ ਅਸੀਂ ਸ਼ੁਰੂ ਦੇ ਵਿੱਚ ਕਈ ਵੀਡੀਓ ਦੇਖੀਆਂ, ਕਈ ਰਾਜਨੀਤਿਕ ਲੋਕਾਂ ਦੇ ਉੱਤੇ ਤੋੜਾ ਝਾੜਿਆ ਪੀੜਤਾਂ ਨੇ,
ਪਰ ਹੁਣ ਜਦੋਂ ਤੁਸੀਂ ਗੁਲਾਬੀ ਰੰਗ ਦੇ ਨੋਟ ਆਉਣੇ ਆ, ਉਸ ਤੋਂ ਬਾਅਦ ਕਦੇ ਆਪਣੇ ਵਿਚਾਰ ਨਾ ਬਦਲਿਆ ਕਰਿਓ। ਆਪਣੀ ਗੈਰਤ ਨੂੰ ਜਿਉਂਦੀ ਰੱਖਣਾ ਵੀ ਜ਼ਰੂਰੀ ਹੈ, ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿਣਾ ਵੀ ਜ਼ਰੂਰੀ ਹੈ। ਇਸ ਕਰਕੇ ਜੋ ਤੁਹਾਡਾ ਨੁਕਸਾਨ ਹੋਇਆ, ਇਹਦੀ ਪੂਰਤੀ ਦੇ ਲਈ ਤੁਸੀਂ ਤਾਂ ਬਹੁਤ ਕੁਝ ਕਰਨਾ ਹੀ ਆ, ਕਰਨਾ ਪੈਣਾ ਵੀ ਇਹ ਚਾਹੁੰਦਿਆਂ ਨਾ ਚਾਹੁੰਦਿਆਂ। ਪਰ ਜੇਕਰ ਸਰਕਾਰਾਂ ਕੁਝ ਨਹੀਂ ਕਰਦੀਆਂ ਅਤੇ ਜੇਕਰ ਵਿਰੋਧੀ ਪਾਰਟੀਆਂ ਵੀ ਸਿਰਫ ਬਿਆਨ ਹੀ ਦਿੰਦੀਆਂ, ਇਹਦੇ ਨਾਲ ਤੁਹਾਨੂੰ ਕੋਈ ਫਾਇਦਾ ਨਹੀਂ। ਜ਼ਰਾ ਸੋਚ ਸਮਝ ਕੇ ਵੋਟ ਭਵਿੱਖ ਦੇ ਵਿੱਚ ਪਾਇਓ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਣੇ ਛੋਟੀ ਜਿਹੀ ਬ੍ਰੇਕ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਪੰਜਾਬ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਰਾਜਨੀਤੀ ਚੱਲ ਰਹੀ ਹੈ ਪਿਛਲੇ ਕਈ ਮਹੀਨਿਆਂ ਤੋਂ, ਵੈਸੇ ਤਾਂ ਸ਼ੁਰੂ ਤੋਂ ਚੱਲ ਰਹੀ ਹੈ, ਗੁਰੂਆਂ ਦੇ ਨਾਂ ਦੇ ਉੱਤੇ, ਧਾਰਮਿਕ ਥਾਵਾਂ ਦੇ ਨਾਂ ਦੇ ਉੱਤੇ, ਵੱਖ ਵੱਖ ਦਿਹਾੜਿਆਂ ਦੇ ਨਾਂ ਦੇ ਉੱਤੇ, ਕੈਲੰਡਰਾਂ ਦੇ ਨਾਂ ਦੇ ਉੱਤੇ, ਪਰ ਹੁਣ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਜਿਸ ਕਦਰ ਰਾਜਨੀਤੀ ਚੱਲ ਰਹੀ ਹੈ, ਉਹ ਸੱਚੀ ਮੁੱਚੀ ਹੈਰਾਨ ਕਰਨ ਵਾਲੀ ਗੱਲ ਹੈ। ਮੈਂ ਇੱਕ ਦਿਨ ਅੱਗੇ ਵੀ ਗੱਲ ਕਹੀ ਸੀ, ਕਈਆਂ ਨੂੰ ਇਹ ਕੁੜੱਤਣ ਵਾਲੀ ਲੱਗੀ, ਅੱਜ ਫਿਰ ਉਹ ਦੁਹਰਾਉਣ ਨੂੰ ਜੀ ਕਰਦਾ ਕਿ ਜੇਕਰ ਗੁਰੂ ਨਾਨਕ ਸਾਹਿਬ ਜੀ ਅੱਜ ਇਸ ਧਰਤੀ ਦੇ ਉੱਤੇ ਆਉਣ ਅਤੇ ਉਹ ਪੰਜਾਬ ਦੇ ਲੋਕਾਂ ਨੂੰ ਇਹ ਸਵਾਲ ਕਰਨ ਕਿ ਤੁਸੀਂ ਮੇਰਾ 550ਵਾਂ ਪ੍ਰਕਾਸ਼ ਦਿਹਾੜਾ ਬਣਾਉਣ ਲੱਗੇ ਹੋ, ਕੀ ਤੁਸੀਂ ਮੇਰੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦਾ ਪਾਲਣ ਕੀਤਾ, 100% ਨਾ ਸਹੀ, ਕੀ ਤੁਸੀਂ 50% ਦਾ ਪਾਲਣ ਕੀਤਾ, 50% ਵੀ ਨਾ ਸਹੀ, ਕੀ ਤੁਸੀਂ 40% ਦਾ ਪਾਲਣ ਕੀਤਾ, 40% ਵੀ ਛੱਡੋ, ਕੀ ਤੁਸੀਂ 25% ਦੇ ਉੱਤੇ ਅਮਲ ਕੀਤਾ, ਤਾਂ ਮੇਰਾ ਖਿਆਲ ਆ ਕਿ ਸਾਡੇ ਵਿੱਚੋਂ 90% ਤੋਂ ਵੱਧ ਲੋਕਾਂ ਦਾ ਸਿਰ ਨਾਂ ਦੇ ਵਿੱਚ ਹਿੱਲਣਾ, ਅਤੇ ਫਿਰ ਸ਼ਾਇਦ ਗੁਰੂ ਨਾਨਕ ਸਾਹਿਬ ਖੁਸ਼ ਨਾ ਹੋਣ ਕਿ ਮੇਰਾ ਦਿਹਾੜਾ ਵੀ ਮਨਾਉਂਦੇ ਆ, ਮੇਰੀਆਂ ਗੱਲਾਂ ਵੀ ਕਰਦੇ ਆ, ਪਰ ਮੇਰੀ ਕਹੀ ਹੋਈ ਗੱਲ ਦੇ ਉੱਤੇ ਕਦੇ ਅਮਲ ਹੀ ਨਹੀਂ ਕਰਦੇ। ਨਾ ਅਸੀਂ ਕੀਤਾ, ਨਾ ਰਾਜਨੀਤਿਕ ਲੋਕਾਂ ਨੇ ਕੀਤਾ। ਰਾਜਨੀਤਿਕ ਲੋਕਾਂ ਨੇ ਬਾਬੇ ਨਾਨਕ ਦੀ ਫੋਟੋ ਨੂੰ ਵੀ ਵਰਤਿਆ ਅਤੇ ਉਹਨਾਂ ਦੀ ਵਿਚਾਰਧਾਰਾ ਦੇ ਉੱਤੇ ਅਮਲ ਕੀ ਕਰਨਾ, ਉਹਨਾਂ ਦੇ ਨਾਂ ਦੀ ਜਿਸ ਤਰੀਕੇ ਨਾਲ ਵਰਤੋਂ ਕਰ ਰਹੇ ਆ ਅੱਜ ਦੀ ਤਰੀਕ ਦੇ ਵਿੱਚ, ਉਹਦੇ ਉੱਤੇ ਦੁੱਖ ਹੋਣਾ ਕੁਦਰਤੀ ਹੈ। ਕਿਉਂਕਿ ਆਪਾਂ ਜਾਣਦੇ ਹਾਂ ਕਿ 550ਵਾਂ ਪ੍ਰਕਾਸ਼ ਦਿਹਾੜਾ ਬਾਬਾ ਨਾਨਕ ਜੀ ਦਾ ਮਨਾਇਆ ਜਾਣਾ। ਇਸ ਮੁਤਲਕ ਅਕਾਲੀ ਦਲ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਮੋਦੀ ਸਾਹਿਬ ਨੂੰ ਕਿਹਾ ਕਿ ਤੁਸੀਂ ਸੁਲਤਾਨਪੁਰ ਲੋਧੀ 'ਚ ਆਉਣਾ। ਪੰਜਾਬ ਦੀ ਸਰਕਾਰ ਕਹਿੰਦੀ ਹੈ ਕਿ ਅਸੀਂ ਬਹੁਤ ਵੱਡੇ ਪੱਧਰ ਦੇ ਉੱਤੇ ਬਣਾ ਰਹੇ ਸਭ ਕੁਝ, ਅਸੀਂ ਚਿੱਟਾ ਸ਼ਹਿਰ ਬਣਾ ਲੈਣਾ ਸੁਲਤਾਨਪੁਰ ਲੋਧੀ। ਆਮ ਆਦਮੀ ਪਾਰਟੀ ਨੇ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਅੱਜ ਇਤਰਾਜ਼ ਕੀਤਾ। ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਵੀ ਆਪਣੇ ਪ੍ਰਸੰਗ ਦੇ ਵਿੱਚ ਵਰਤਾਂਗੇ ਤਾਂ ਇਹਦੇ ਨਾਲੋਂ ਮੂਰਖਮਤੀ ਗੱਲ ਕੋਈ ਹੋਰ ਨਹੀਂ ਹੋਣੀ। ਕਈ ਨੇਤਾਵਾਂ ਨੇ ਇਹ ਗੱਲ ਕਹੀ ਹੈ ਕਿ ਬਾਬੇ ਨਾਨਕ ਦੇ ਨਾਂ ਦੇ ਉੱਤੇ ਰਾਜਨੀਤੀ ਕਰਨ ਵਾਲੇ ਲੋਕ ਕਿੰਨੀ ਸੋਚ ਦੇ ਪੱਖੋਂ ਖੋਖਲੇ ਹੋਏ ਹੋਣਗੇ। ਜਾਣਦੇ ਆਪਾਂ ਸਾਰੇ ਹਾਂ ਕਿ ਸਾਰੀਆਂ ਸਿਆਸੀ ਪਾਰਟੀਆਂ ਤਕਰੀਬਨ ਇੱਕੋ ਜਿਹਾ ਕੰਮ ਕਰਦੀਆਂ, ਪਰ ਪਹਿਲਾਂ ਅਸੀਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਕਰਤਾਰਪੁਰ ਲਾਂਘੇ ਉੱਤੇ ਸਿਆਸਤ ਸਿਖਰਾਂ ਦੇ ਉੱਤੇ ਹੈ। ਆਮ ਆਦਮੀ ਪਾਰਟੀ ਪੰਜਾਬ ਵੀ ਇਸ ਵਿੱਚ ਕੁੱਦ ਪਈ। ਆਮ ਆਦਮੀ ਪਾਰਟੀ ਨੇ ਇਲਜ਼ਾਮ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਬਾਦਲ ਪਰਿਵਾਰ, ਸ਼੍ਰੋਮਣੀ ਕਮੇਟੀ ਅਤੇ ਕੇਂਦਰ ਦੀ ਮੋਦੀ ਸਰਕਾਰ 550ਵੇਂ ਪ੍ਰਕਾਸ਼ ਪੁਰਬ ਅਤੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਆਪਣੇ ਨਿੱਜੀ ਅਤੇ ਸਿਆਸੀ ਹਿੱਤਾਂ ਲਈ ਹਲਕੀ ਸਿਆਸਤ ਕਰ ਰਹੇ ਨੇ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਦੁਆਬੇ ਨਾਲ ਸੰਬੰਧਿਤ ਗੜ੍ਹ ਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਰੋੜੀ ਅਤੇ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਨੂੰ ਮਨਾਉਣ ਦੇ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਅਤੇ ਬਾਦਲ ਪਰਿਵਾਰ ਦੀ ਸਰਪ੍ਰਸਤੀ ਵਾਲੀ SGPC ਜਿਸ ਚੌਧਰ ਦੀ ਲੜਾਈ ਲੜ ਰਹੇ ਨੇ, ਜਿਸ ਨਾਲ ਦੁਨੀਆ ਭਰ ਦੇ ਵਿੱਚ ਵਸਦੀ ਨਾਨਕ ਨਾਮਲੇਵਾ ਸੰਗਤ, ਪੰਜਾਬੀਅਤ ਅਤੇ ਪੰਥਕ ਪਰੰਪਰਾਵਾਂ ਅਤੇ ਮਰਿਆਦਾ ਨੂੰ ਠੇਸ ਪਹੁੰਚ ਰਹੀ ਹੈ। ਚੀਮਾ ਨੇ ਬਾਦਲ ਪਰਿਵਾਰ ਉੱਤੇ ਸ਼੍ਰੋਮਣੀ ਕਮੇਟੀ ਨੂੰ ਪੰਥਕ ਹਥਿਆਰ ਵਾਂਗ ਵਰਤਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਚੌਧਰ ਦੀ ਇਸ ਲੜਾਈ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੀ ਸਰਵ ਉੱਚਤਾ ਨੂੰ ਵੀ ਢਾਹ ਲੱਗ ਰਹੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਪਹਿਲੀ ਗੱਲ ਤਾਂ ਦੋਸਤੋ ਅਸੀਂ ਕਹਾਂਗੇ, ਆਮ ਆਦਮੀ ਪਾਰਟੀ ਦੇ ਵੱਲੋਂ ਜੋ ਕਿਹਾ ਗਿਆ ਉਹ ਗਲਤ ਨਹੀਂ ਹੈ। ਪੰਜਾਬ ਦੇ ਲੋਕ ਵੀ ਇਸ ਗੱਲ ਨੂੰ ਮਹਿਸੂਸ ਕਰਦੇ ਆ, ਪਰ ਪੰਜਾਬ ਦੇ ਲੋਕਾਂ ਦੀ ਕੋਈ ਬਾਤ ਪੁੱਛ ਨਹੀਂ ਰਿਹਾ ਅੱਜ ਤੱਕ। ਇਸ ਵਕਤ ਮਾਹੌਲ ਇਹ ਬਣਿਆ ਹੋਇਆ ਕਿ ਪੰਜਾਬ ਦੀ ਸਰਕਾਰ ਨੂੰ ਇਹ ਤਾਂ ਫਿਕਰ ਹੈ ਕਿ ਅਸੀਂ ਆਪਣੇ ਵਿਧਾਇਕਾਂ ਨੂੰ ਵਿਦੇਸ਼ਾਂ ਦੀ ਸੈਰ ਕਰਵਾਉਣੀ ਹੈ, ਪਰ ਇਸ ਗੱਲ ਦਾ ਫਿਕਰ ਨਹੀਂ ਹੈ ਕਿ ਪੰਜਾਬ ਦੇ ਲੋਕਾਂ ਦੀ ਅਸਲ ਸਥਿਤੀ ਕੀ ਆ, ਉਹਨਾਂ ਦੀ ਮਨੋਦਸ਼ਾ ਕੀ ਆ। ਇਸ ਕਰਕੇ ਪੰਜਾਬ ਦੇ ਲੋਕ ਇਸ ਵਕਤ ਖੁਦ ਨੂੰ ਲੁੱਟੇ ਲੁੱਟੇ ਮਹਿਸੂਸ ਕਰ ਰਹੇ ਆ, ਅਤੇ ਪਰ ਆਪਾਂ ਇਹ ਵੀ ਜਾਣਦੇ ਹਾਂ ਕਿ ਇਹਨਾਂ ਜ਼ਿਮਨੀ ਚੋਣਾਂ ਦੇ ਵਿੱਚ ਨਤੀਜੇ ਫਿਰ ਹੈਰਾਨੀਜਨਕ ਆਉਣੇ ਆ। ਜਿਨ੍ਹਾਂ ਨੂੰ ਮਾੜਾ ਕਹਿੰਦੇ ਰਹੇ ਹਾਂ ਜਾਂ ਕਹਿ ਰਹੇ ਹਾਂ, ਉਹਨਾਂ ਲਈ ਅਸੀਂ ਫਿਰ ਹੱਕ ਦੇ ਵਿੱਚ ਭੁਗਤ ਜਾਣਾ। ਇਹ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਹੀ ਆਇਆ, ਸ਼ਾਇਦ ਹੋਰਨਾਂ ਦੇ ਸੁਭਾਅ ਦੇ ਵਿੱਚ ਘੱਟ ਆਇਆ। ਜਿੱਥੋਂ ਪੈਂਦੀਆਂ ਜਾਣਾ ਵੀ ਉੱਥੇ ਆ, ਅਤੇ ਜਿਹੜਾ ਨਵਾਂ ਉਹਨੂੰ ਕਹਿਣਾ ਵੀ ਇਹਦਾ ਕੀ ਬਣਨਾ, ਆਪਾਂ ਛੱਡ ਗਏ ਇਹਨੂੰ, ਇਹਦਾ ਕੋਈ ਜਾਣ ਦਾ ਫਾਇਦਾ ਨਹੀਂ, ਕਿਉਂਕਿ ਜਦੋਂ ਸਰਕਾਰ ਨਹੀਂ ਇਹਨਾਂ ਦੀ ਤਾਂ ਫਿਰ ਸਾਨੂੰ ਕੀ ਮਿਲਣਾ। ਜਿਨ੍ਹਾਂ ਦੀ ਸਰਕਾਰ ਹੁੰਦੀ ਆ ਉਹ ਕੀ ਦੇ ਚੁੱਕੇ ਆ, ਕਦੇ ਇਹਦਾ ਲੇਖਾ ਜੋਖਾ ਕੋਈ ਪੇਸ਼ ਹੀ ਨਹੀਂ ਕਰਦਾ। ਪਰ ਜਿਸ ਤਰੀਕੇ ਦੇ ਨਾਲ ਅੱਜ ਭਗਵੰਤ ਮਾਨ ਦੀ ਇੱਕ ਵੀਡੀਓ ਸਾਹਮਣੇ ਆਈ, ਉਹਨੂੰ ਦੇਖ ਕੇ ਮੈਂ ਖੁਦ ਵੀ ਭਾਵੁਕ ਹੋ ਗਿਆ। ਆਪਾਂ ਜਾਣਦੇ ਹਾਂ ਬਰਨਾਲਾ ਜ਼ਿਲ੍ਹੇ ਦੇ ਵਿੱਚ ਪਿੰਡ ਭੋਤਨਾ, ਇਸ ਪਿੰਡ ਦੇ ਵਿੱਚ
चार पीढ़ियां दे वल्लों ते उन्हां दे पंजवें मैंबर दे वल्लों खुदकुशी की गई है करजे दे करके। लवप्रीत सिंह नां दा नौजवान 23 साल दा उहदे वल्लों चंगे भविख दे सुपने सजाए गए सी पर उन्हें भी खुदकुशी कर ली है। जिहड़े टब्बर दे विच पहलां पड़दादा खुदकुशी करे, फिर उस तो बाद दादा करे, दादे तो बाद दादे दा भरा करे, फिर उस तो बाद प्यो दी वारी आ जाए खुदकुशी दी, फिर उस तो बाद पुत दी वारी आ जाए खुदकुशी दी, ते फिर असी सोच सकते हैं कि जिवें जेनेटिक बीमारियां हुंदियां खानदानी, उस तरीके दे नाल जिहड़ा ये करजे दा दैंत है ਇਹ ਵੀ ਇੱਕ ਖਾਨਦਾਨੀ ਦੈਂਤ ਬਣ ਚੁੱਕਿਆ, ਕਿਸੇ ਨੂੰ ਬਖਸ਼ ਨਹੀਂ ਰਿਹਾ, ਪੀੜ੍ਹੀ ਦਰ ਪੀੜ੍ਹੀ ਅੱਗੇ ਤੋਂ ਅੱਗੇ ਸਫਾਇਆ ਕਰ ਰਿਹਾ। ਭਗਵੰਤ ਮਾਨ ਅੱਜ ਪੀੜਿਤ ਪਰਿਵਾਰਕ ਮੈਂਬਰਾਂ ਨੂੰ ਮਿਲਣ ਗਏ ਸੀ। ਇੱਥੇ ਉਹ ਪੱਤਰਕਾਰਾਂ ਨੂੰ ਜਦੋਂ ਜਵਾਬ ਦਿੰਦੇ ਸੀ ਵੱਖ ਵੱਖ ਸਵਾਲਾਂ ਦਾ ਤਾਂ ਹੁਬ ਕੀ ਰੋਏ ਆ। ਮੈਨੂੰ ਦੇਖ ਕੇ ਇਉਂ ਲੱਗਾ ਪਹਿਲਾਂ ਤਾਂ ਵੀ ਸ਼ਾਇਦ ਇਹ ਵੀ ਕੋਈ ਇੱਕ ਵੱਖਰੀ ਗੱਲ ਕਰ ਰਹੇ ਹੋਣ, ਸ਼ਾਇਦ ਸਿਆਸੀ ਗੱਲ ਨਾ ਹੋਵੇ, ਪਰ ਬਾਅਦ ਦੇ ਵਿੱਚ ਉਹਨਾਂ ਦੇ ਜਜ਼ਬਾਤ ਨੂੰ ਮੈਂ ਸਮਝਣ ਦੀ ਕੋਸ਼ਿਸ਼ ਕੀਤੀ। ਜਦੋਂ ਉਹਨਾਂ ਨੇ ਅੱਖਾਂ ਪੂੰਝਦੇ ਇਹ ਗੱਲ ਕਹੀ ਹੈ ਕਿ ਅੰਦਰ ਬਾਪੂ ਦਾ ਸ਼ੌਂਕੀ ਪੁੱਤ ਲਿਖਿਆ ਹੋਇਆ ਗੱਡੀ 'ਤੇ, ਅਤੇ ਹੁਣ ਨਾ ਤਾਂ ਬਾਪੂ ਰਿਹਾ ਅਤੇ ਨਾ ਹੀ ਸ਼ੌਂਕੀ ਪੁੱਤ ਰਿਹਾ ਅਤੇ ਨਾ ਹੀ ਇਹਨਾਂ ਚੀਜ਼ਾਂ ਦੀ ਵਰਤੋਂ ਕਰਨ ਵਾਲਾ ਕੋਈ ਰਿਹਾ, ਤਾਂ ਬੰਦਾ ਜਾਵੇਗਾ ਤਾਂ ਜਾਵੇ ਕਿੱਥੇ। ਉਹਨਾਂ ਨੇ ਹੁਬ ਕੀ ਰੋਂਦਿਆਂ ਇਹ ਗੱਲ ਕਹੀ ਹੈ ਕਿ ਪੰਜਾਬ ਮਰ ਚੁੱਕਿਆ, ਪੰਜਾਬ ਮਰ ਨਹੀਂ ਰਿਹਾ, ਪੰਜਾਬ ਮਰ ਚੁੱਕਿਆ, ਅਤੇ ਇਸ ਮਰੇ ਹੋਏ ਪੰਜਾਬ ਦੀਆਂ ਲਾਸ਼ਾਂ ਜਿੰਨੀਆਂ ਮਰਜ਼ੀ ਗਿਣ ਲੱਗੇ, ਇਸ ਮਰੇ ਹੋਏ ਪੰਜਾਬ ਦੀਆਂ ਲਾਸ਼ਾਂ ਦੇ ਉੱਤੇ ਜਿੰਨੀ ਮਰਜ਼ੀ ਅਸੀਂ ਰਾਜਨੀਤੀ ਕਰ ਲੱਗੇ, ਜਾਣਾ ਅਸੀਂ ਵੀ ਹੈ ਪਰ ਪੰਜਾਬ ਦਾ ਸੋਚਣ ਵਾਲਾ ਕੋਈ ਵੀ ਨਹੀਂ। ਅਤੇ ਆਪਾਂ ਵੀ ਜਾਣਦੇ ਹਾਂ ਕਿ ਭਾਵੇਂ ਭਗਵੰਤ ਮਾਨ ਇਕਲੌਤੇ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ, ਕਿਉਂਕਿ ਉਹ ਸੰਸਦ ਮੈਂਬਰ ਇਕੱਲੇ ਹੀ ਆ ਇਸ ਵਕਤ ਪੂਰੇ ਭਾਰਤ ਦੇ ਵਿੱਚ ਆਮ ਆਦਮੀ ਪਾਰਟੀ ਦੇ, ਪਰ ਫਿਰ ਵੀ ਉਹਨਾਂ ਦੇ ਜਜ਼ਬਾਤ ਦੀ ਕਦਰ ਇਸ ਕਰਕੇ ਕਰਨ ਨੂੰ ਜੀ ਕਰਦਾ ਕਿਉਂਕਿ ਉਹ ਬਾਕੀ 12 ਤੋਂ ਤਿੱਖਾ ਅਤੇ ਚੰਗਾ ਅਤੇ ਵੇਲੇ ਸਿਰ ਬੋਲਦੇ ਆ। ਸੋ ਇਸ ਕਰਕੇ ਭਗਵੰਤ ਮਾਨ ਦੇ ਜਜ਼ਬਾਤ ਦੇ ਨਾਲ ਅਸੀਂ ਸਹਿਮਤ ਹਾਂ। ਪੰਜਾਬ ਦੇ ਬਾਕੀ ਲੋਕ ਵੀ ਇਹੀ ਗੱਲ ਸੋਚ ਰਹੇ ਆ ਕਿ ਲਾਸ਼ਾਂ ਜਿਹੜੀਆਂ ਪੰਜਾਬ ਦੇ ਵਿੱਚ ਵਿਛ ਰਹੀਆਂ, ਨਸ਼ੇ ਦੇ ਕਰਕੇ ਵੀ ਅਤੇ ਕਰਜ਼ੇ ਦੇ ਕਰਕੇ ਵੀ, ਪੰਜਾਬ ਦੀ ਜਵਾਨੀ ਵਿਦੇਸ਼ਾਂ ਵੱਲ ਜਾਣ ਨੂੰ ਮਜਬੂਰ ਹੈ, ਅਤੇ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਪੰਜਾਬ ਲਗਾਤਾਰ ਤਰੱਕੀ ਵੱਲ ਵੱਧ ਰਿਹਾ, ਪੰਜਾਬ ਦੇ ਵਿੱਚ ਲਹਿਰਾਂ ਬਹਿਰਾਂ ਲੱਗੀਆਂ ਪਈਆਂ ਵਿਕਾਸ ਦੀਆਂ। ਪੰਜਾਬ ਦੀ ਪੁਲਿਸ ਦੇ ਉੱਤੇ ਅਪਰਾਧੀ ਕਿਸਮ ਦੇ ਲੋਕ ਜਿਸ ਤਰੀਕੇ ਨਾਲ ਲਗਾਤਾਰ ਹਮਲੇ ਕਰ ਰਹੇ ਆ ਅਤੇ ਜਿਸ ਤਰੀਕੇ ਦੀਆਂ ਖਬਰਾਂ ਤੀਜੇ ਕਰਨ ਆਉਂਦੀਆਂ, ਉਹ ਕਈ ਕਿਸਮ ਦੇ ਸਵਾਲ ਖੜ੍ਹੇ ਕਰ ਜਾਂਦੀਆਂ ਕਿ ਜੇਕਰ ਕਾਨੂੰਨ ਦੇ ਰਾਖਿਆਂ ਨੂੰ ਲੋਕ ਇਸ ਤਰੀਕੇ ਨਾਲ ਪੈ ਨਿਕਲਦੇ ਆ, ਜੇਕਰ ਇਹਨਾਂ ਦੇ ਉੱਤੇ ਇੱਟਾਂ ਦੇ ਨਾਲ ਹਮਲੇ ਹੁੰਦੇ ਆ, ਗੋਲੀਆਂ ਚੱਲਦੀਆਂ, ਡਾਂਗਾਂ ਦੇ ਨਾਲ ਪੁਲਿਸ ਵਾਲੇ ਕੁੱਟੇ ਜਾਂਦੇ ਆ, ਤਾਂ ਫਿਰ ਮਤਲਬ ਇਹਦਾ ਕੀ ਕੱਢਿਆ ਜਾਵੇ? ਕੀ ਪੰਜਾਬ ਦੀ ਪੁਲਿਸ ਆਪਣਾ ਪ੍ਰਭਾਵ ਗਵਾ ਚੁੱਕੀ ਹੈ? ਕੀ ਪੰਜਾਬ ਦੀ ਪੁਲਿਸ ਦੇ ਕੋਲ ਕੋਈ ਟ੍ਰੇਨਿੰਗ ਨਹੀਂ? ਕੀ ਪੰਜਾਬ ਦੀ ਪੁਲਿਸ ਹੈ ਹੀ ਇਸ ਗੱਲ ਦੇ ਲਾਇਕ? ਜਾਂ ਪੰਜਾਬ ਦੀ ਪੁਲਿਸ ਆ ਜਿਹੜੀ ਉਹ ਆਪਣਾ ਪ੍ਰਭਾਵ ਭ੍ਰਿਸ਼ਟਾਚਾਰ ਕਰਕੇ ਅਤੇ ਹੋਰ ਰਾਜਨੀਤਿਕ ਦਾਬਿਆਂ ਦੇ ਕਰਕੇ ਗਵਾ ਚੁੱਕੀ ਹੈ? ਅੱਜ ਜਦੋਂ ਚੁਗਾਵਾਂ ਪਿੰਡ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਨਸ਼ਾ ਤਸਕਰਾਂ ਨੂੰ ਜਾਂ ਨਸ਼ੇ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਪੁਲਿਸ ਫੜਨ ਗਈ, ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਪੁਲਿਸ ਅਧਿਕਾਰੀਆਂ ਨੂੰ ਪਿੰਡ ਦੇ ਖਾਸ ਕਰਕੇ ਪਰਿਵਾਰ ਦੇ ਲੋਕਾਂ ਦੇ ਵੱਲੋਂ ਧੂ ਧੂ ਕੇ ਕੁੱਟਿਆ ਗਿਆ, ਇਹ ਇੱਕ ਬਹੁਤ ਵੱਡਾ ਮਾਮਲਾ। ਹੁਣ ਇਸ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਹੋ ਚੁੱਕੀ ਹੈ, ਪਰ ਸਵਾਲ ਇਹ ਉੱਠਦਾ ਕਿ ਕੁੱਟੇ ਕਿਉਂ ਗਏ? ਕੋਈ ਇਹ ਗੱਲ ਕਹਿੰਦਾ ਕਿ ਨਸ਼ਾ ਕੀਤਾ ਹੋਇਆ ਸੀ ਇੱਕ ਅਧਿਕਾਰੀ ਨੇ, ਕੋਈ ਇਹ ਗੱਲ ਕਹਿੰਦਾ ਕਿ ਨਸ਼ੇ ਦੇ ਵਿੱਚ ਫਸਾ ਦਿਆਂਗੇ ਨਹੀਂ ਤਾਂ 2 ਲੱਖ ਰੁਪਈਆ ਦਿਓ, ਇਸ ਗੱਲ ਦੀ ਮੰਗ ਕਰਦੇ ਸੀ, ਕੋਈ ਕਹਿੰਦਾ ਵੀ ਭਾਈ ਇਸ ਪਰਿਵਾਰ ਦਾ ਕੰਮ ਇਹੀ ਹੈ, ਕੋਈ ਕੁਝ ਕਹਿੰਦਾ, ਕੋਈ ਕੁਝ ਕਹਿੰਦਾ, ਇਹ ਤਾਂ ਪੜਤਾਲ ਦਾ ਵਿਸ਼ਾ ਕਿ ਵਿੱਚੋਂ ਗੱਲ ਨਿਕਲ ਕੇ ਬਾਹਰ ਕੀ ਆਉਂਦੀ ਹੈ। ਪਰ ਪਹਿਲਾਂ ਇਸ ਅਸੀਂ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਚੁਗਾਵਾਂ ਦੇ ਇੱਕ ਘਰ ਦੇ ਵਿੱਚ ਛਾਪਾ ਮਾਰਨ ਗਈ ਪੁਲਿਸ ਨੂੰ ਪਰਿਵਾਰ ਨੇ ਘੁਟਾਪਾ ਝਾੜ ਦਿੱਤਾ। ਪੁਲਿਸ ਦੇ ਸਬ ਇੰਸਪੈਕਟਰ ਦੀ ਵਰਦੀ ਪਾੜ ਦਿੱਤੀ, ਹਾਲਾਂਕਿ ਉਹਨਾਂ ਨਾਲ ਆਏ ਬਾਕੀ ਪੁਲਿਸ ਮੁਲਾਜ਼ਮ ਆਪਣੀ ਜਾਨ ਬਚਾ ਕੇ ਉੱਥੋਂ ਫਰਾਰ ਹੋ ਗਏ। ਫਿਲਹਾਲ ਪੁਲਿਸ ਹੁਣ ਇਸ ਮਸਲੇ ਦੀ ਪੜਤਾਲ ਕਰ ਰਹੀ ਹੈ। ਛਾਪਾ ਮਾਰਨ ਗਏ ਇੰਸਪੈਕਟਰ ਚਿਲਮਲ ਸਿੰਘ ਅਤੇ ਸਬ ਇੰਸਪੈਕਟਰ ਬਲਦੇਵ ਸਿੰਘ ਨੂੰ ਪਰਿਵਾਰ ਨੇ ਫੜ ਲਿਆ ਅਤੇ ਉਹਨਾਂ ਨੂੰ ਖੂਬ ਕੁਟਾਪਾ ਚਾੜਿਆ। ਲੱਤਾਂ ਮੁੱਕਿਆਂ ਨਾਲ ਕੁੱਟਮਾਰ ਕਰਨ ਤੋਂ ਬਾਅਦ ਪਰਿਵਾਰ ਨੇ ਸਬ ਇੰਸਪੈਕਟਰ ਨੂੰ ਬੰਦੀ ਬਣਾ ਲਿਆ। ਪੁਲਿਸ ਇੰਸਪੈਕਟਰ ਚਿਲਮਲ ਸਿੰਘ ਦੇ ਮੁਤਾਬਕ ਉਹਨਾਂ ਨੂੰ ਨਸ਼ੇ ਸੰਬੰਧੀ ਸੂਚਨਾ ਮਿਲੀ ਸੀ, ਇਸ ਪਿੱਛੋਂ ਉਹ ਤੁਰੰਤ ਉੱਥੇ ਪਹੁੰਚੇ, ਪਰ ਉਲਟਾ ਉਹਨਾਂ ਨੂੰ ਮੂੰਹ ਦੀ ਖਾਣੀ ਪਈ, ਪੁਲਿਸ ਨੂੰ ਜਾਨ ਬਚਾ ਕੇ ਭੱਜਣਾ ਪਿਆ। ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਹੋਏਗੀ। ਉੱਧਰ ਪਰਿਵਾਰ ਨੇ ਕਿਹਾ ਕਿ ਪੁਲਿਸ ਉਹਨਾਂ ਦੇ ਉੱਤੇ ਕਾਂਗਰਸ ਪਾਰਟੀ ਦਾ ਹੱਥ ਫੜਨ ਦੇ ਲਈ ਦਬਾਅ ਬਣਾ ਰਹੀ ਹੈ ਅਤੇ ਵਾਰ ਵਾਰ ਉਹਨਾਂ ਦੇ ਘਰ ਦੇ ਵਿੱਚ ਰੇਡ ਕੀਤੀ ਜਾ ਰਹੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਪਰਿਵਾਰ ਨੇ ਪੁਲਿਸ ਦੇ ਉੱਤੇ ਹਮਲਾ ਕਿਉਂ ਕੀਤਾ, ਕਿਹੜੇ ਕਾਰਨਾਂ ਕਰਕੇ ਕੀਤਾ, ਇੱਕ ਵੱਖਰਾ ਪ੍ਰਸੰਗ ਆ, ਪਰ ਪੁਲਿਸ ਦੇ ਉੱਤੇ ਹਮਲਾ ਕੀਤਾ ਇਹ ਇੱਕ ਵੱਡਾ ਅਪਰਾਧ ਹੈ, ਕਿਉਂਕਿ ਤੁਸੀਂ ਆਪਣਾ ਵਿਰੋਧ ਤਰੀਕੇ ਨਾਲ ਪੇਸ਼ ਕਰ ਸਕਦੇ ਆ। ਜੇਕਰ ਪੁਲਿਸ ਤੁਹਾਡੇ ਨਾਲ ਧੱਕੇਸ਼ਾਹੀ ਕਰਦੀ ਹੈ ਤਾਂ ਫਿਰ ਤੁਸੀਂ ਉਹਨੂੰ ਆਪਣੇ ਢੰਗ ਦੇ ਨਾਲ ਪੇਸ਼ ਕਰ ਸਕਦੇ ਆ, ਆਪਣਾ ਪੱਖ ਰੱਖ ਸਕਦੇ ਆ। ਪਰ ਜੇਕਰ ਇਹ ਗੱਲ ਕਹੀਏ ਵੀ ਅਸੀਂ ਚੌਂ ਪਾਸਿਓਂ ਘਿਰੇ ਸੀ, ਹਮਲਾ ਕਰਨਾ ਮਜਬੂਰੀ ਸੀ, ਤਾਂ ਹਮਲਾ ਕਰਨ ਤੋਂ ਬਾਅਦ ਵੀ ਉਹੋ ਜਿਹੇ ਪਵਾੜੇ ਆ ਜਿਹੜੇ ਹਮਲਾ ਕਰੇ ਤੋਂ ਬਿਨਾਂ ਹੋਣੇ ਸੀ। ਸੋ ਇਸ ਕਰਕੇ ਜਿਹੜੀਆਂ ਧਰਾਵਾਂ ਲੱਗਣੀਆਂ ਹੁਣ, ਉਹਨਾਂ ਧਰਾਵਾਂ ਦੇ ਵਿੱਚ ਹੱਲਾਸ਼ੇਰੀ ਦੇਣ ਵਾਲਿਆਂ ਨੇ ਕਿਸੇ ਨੇ ਖੜਨਾ ਨਹੀਂ, ਇਸ ਗੱਲ ਦੀ ਪੱਕੀ ਗਰੰਟੀ ਹੈ। ਸੋ ਪੁਲਿਸ ਨੂੰ ਆਪਣਾ ਪ੍ਰਭਾਵ ਬਣਾਉਣਾ ਚਾਹੀਦਾ, ਨਾ ਕਿ ਗਵਾਉਣਾ ਚਾਹੀਦਾ। ਪੁਲਿਸ ਨੂੰ ਆਮ ਲੋਕਾਂ ਦੇ ਕੰਮ ਆਉਣਾ ਚਾਹੀਦਾ, ਪੁਲਿਸ ਨੂੰ ਗਲਤ ਨੂੰ ਗਲਤ ਅਤੇ ਸਹੀ ਨੂੰ ਸਹੀ ਕਹਿਣਾ ਚਾਹੀਦਾ। ਪੁਲਿਸ ਨੂੰ ਆਪਣਾ ਅਕਸਾ ਜਿਹੜਾ ਸੁਧਾਰਨ ਦੀ ਲੋੜ ਹੈ,
ਕਿਉਂਕਿ ਤੀਜੇ ਕਿਰਨ ਖਬਰ ਆਉਂਦੀ ਆ ਕਿ ਫਲਾਣੀ ਥਾਂ ਦੇ ਉੱਤੇ ਬੰਦਾ ਪੇਸ਼ਲੀ ਲੈ ਕੇ ਜਾਂਦੇ ਸੀ, ਉਹ ਧੱਕਾ ਮਾਰ ਕੇ ਕਈ ਦੀ ਫਰਾਰ ਹੋ ਗਿਆ। ਕਦੇ ਖਬਰ ਆਉਂਦੀ ਆ ਕਿ ਫਲਾਣੀ ਥਾਂ ਦੇ ਉੱਤੇ ਗਏ ਸੀ, ਲੋਕਾਂ ਨੇ ਕੁਟਾਪਾ ਚਾੜਤਾ। ਕਦੇ ਖਬਰ ਆਉਂਦੀ ਆ ਕਿ ਪੁਲਿਸ ਵਾਲਾ ਦਾਰੂ ਦੇ ਵਿੱਚ ਟੁੰਨ ਹੋ ਕੇ ਅਤੇ ਨਾਲੀਆਂ ਦੇ ਵਿੱਚ ਡਿੱਗਦਾ ਫਿਰਦਾ ਸੀ। ਕਦੇ ਖਬਰ ਆਉਂਦੀ ਆ ਕਿ ਪੁਲਿਸ ਵਾਲਾ ਚਿੱਟਾ ਪੀਂਦਿਆਂ ਵੀਡੀਓ ਉਹਦੀ ਵਾਇਰਲ ਹੋ ਗਈ ਆ, ਬਦਨਾਮੀ ਬੜੀ ਹੋ ਗਈ ਹੈ। ਕਦੇ ਕੁਛ ਅਤੇ ਕਦੇ ਕੁਛ, ਪੰਜਾਬ ਪੁਲਿਸ ਨੂੰ ਇਹਨਾਂ ਗੱਲਾਂ ਤੋਂ ਬਾਜ਼ ਆਉਣਾ ਚਾਹੀਦਾ। ਅਤੇ ਜਿਹੜੀ ਅੱਜ ਦੀ ਖਬਰ ਹੈ ਇਹ ਚੁਗਾਵਾਂ ਪਿੰਡ ਦੀ, ਇਸ ਮਸਲੇ ਦੀ ਵੱਡੇ ਪੱਧਰ ਦੇ ਉੱਤੇ ਪੜਤਾਲ ਹੋਣੀ ਚਾਹੀਦੀ ਹੈ। ਜੇਕਰ ਪੁਲਿਸ ਵਾਲੇ ਗਲਤ ਹੈ, ਉਹਨਾਂ ਦੀ ਕੋਈ ਪਹਿਲ ਆ, ਫਿਰ ਇਹਨਾਂ ਨੂੰ ਨਹੀਂ ਛੱਡਣਾ ਚਾਹੀਦਾ। ਅਤੇ ਜੇਕਰ ਉਸ ਪਰਿਵਾਰ ਦੀ ਪਹਿਲ ਆ, ਹੋ ਸਕਦਾ ਵੀ ਉਹ ਪਰਿਵਾਰ ਗਲਤ ਹੋਵੇ, ਉਹਦੇ ਸੁਭਾਅ ਦੇ ਵਿੱਚ ਇੱਦਾਂ ਪੁਲਿਸ ਨੂੰ ਟਿੱਚ ਸਮਝਣਾ ਹੋਵੇ, ਫਿਰ ਬਖਸ਼ਣਾ ਉਹਨਾਂ ਨੂੰ ਵੀ ਨਹੀਂ ਚਾਹੀਦਾ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿਓ ਆ ਗਿਆ, ਬਹੁਤ ਬਹੁਤ ਮਿਹਰਬਾਨੀ।